ਅਸ਼ਲੀਲ ਫੋਟੋਆਂ ਪਾਉਣ ਦੇ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਰਹਿੰਦੇ ਹਨ, ਪਰ ਇੱਕ ਨਵਾਂ ਮਾਮਲਾ ਦੇਖਣ ਨੂੰ ਮਿਲਿਆ ਪਿੰਡ ਮੇਗਾ ਰਾਏ ਉਤਾੜ ਵਿਖੇ, ਜਿੱਥੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਲੜਕੀ ਦੀਆਂ ਅਸ਼ਲੀਲ ਫੋਟੋਆਂ ਵਟਸਐਪ ਤੇ ਪਾਉਣ ਅਤੇ ਵਾਇਰਲ ਕਰਨ ਦਾ ਨਵਾਂ ਮਾਮਲਾ ਉਜਾਗਰ ਹੋਇਆ। ਪੀੜਤ ਲੜਕੀ ਦੇ ਕਥਿਤ ਆਰੋਪ ਲਗਾਉਂਦੇ ਦੱਸਿਆ ਕਿ ਉਸਦੀ ਭਾਬੀ ਦੇ ਪੁਲਿਸ ਮੁਲਾਜ਼ਮ ਭਰਾ ਜਸਵਿੰਦਰ ਸਿੰਘ ਨੇ ਉਸਦੀਆਂ ਫੋਟੋਆਂ ਪਾ ਕੇ ਉਸਨੂੰ ਬਦਨਾਮ ਕੀਤਾ ਹੈ। ਉਸਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਸਨੂੰ ਜਲਦ ਹੀ ਇਨਸਾਫ ਦਵਾਇਆ ਜਾਵੇ। ਜੋ ਕਿ ਪੰਜਾਬ ਪੁਲਿਸ 'ਚ ਮੁਲਾਜ਼ਮ ਲੱਗਿਆ ਹੋਇਆ ਹੈ ਅਤੇ ਉਹ ਮੇਰੀ ਫੋਟੋਆਂ ਵਟਸਐਪ 'ਤੇ ਪਾ ਰਿਹਾ ਹੈ ਅਤੇ ਵਾਇਰਲ ਵੀ ਕਰ ਰਿਹਾ ਹੈ, ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਜਸਵਿੰਦਰ ਸਿੰਘ ਨੂੰ ਸਜ਼ਾ ਵੀ ਦਿੱਤੀ ਜਾਵੇ, ਸਸਪੈਂਡ ਵੀ ਕੀਤਾ ਜਾਵੇ। ਅਤੇ ਮੈਨੂੰ ਜਲੀਲ ਬਹੁਤ ਕਰ ਰਿਹਾ ਹੈ ਅਤੇ ਬਦਨਾਮ ਬਹੁਤ ਕਰ ਰਿਹਾ ਹੈ, ਇਸ ਸਸਪੈਂਡ ਬਹੁਤ ਜਲਦ ਕੀਤਾ ਜਾਵੇ। ਮੈਂ ਸੁਰਿੰਦਰ ਸਿੰਘ, ਪਿੰਡ ਮੇਗਾ ਰਾਏ ਉਤਾੜ ਦਾ ਰਹਿਣ ਵਾਲਾ। ਮੇਰੇ ਲੜਕੇ ਦੀ ਸ਼ਾਦੀ ਪਿੰਡ ਹਲੀਮ ਵਾਲਾ ਪਰਮਜੀਤ ਕੌਰ ਦੇ ਨਾਲ ਹੋਈ ਸੀ। ਪਰਮਜੀਤ ਕੌਰ ਦਾ ਭਰਾ ਪੰਜਾਬ ਪੁਲਿਸ ਵਿੱਚ ਤਾਂ ਡਿਊਟੀ ਕਰਦਾ ਹੈ। ਵਿਆਹ ਦੀ ਮੂਵੀ ਉਹਨਾਂ ਦੇ ਕੋਲ ਸੀ। ਵਿਆਹ ਦੀ ਮੂਵੀ ਦੇ ਵਿੱਚੋਂ ਮੇਰੀ ਲੜਕੀ ਦੀਆਂ ਫੋਟੋਆਂ, ਸਿਮਲਾ ਰਾਣੀ ਦੀਆਂ ਫੋਟੋਆਂ ਫੇਸ ਲਗਾ ਕੇ ਵਟਸਐਪ 'ਤੇ ਡਾਊਨਲੋਡ ਕੀਤੀਆਂ ਗਈਆਂ ਹਨ ਅਤੇ ਸਾਨੂੰ ਸੋਸ਼ਲ ਮੀਡੀਆ 'ਤੇ ਬਦਨਾਮ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਮੁਕੱਦਮਾ ਤਾਂ ਦਰਜਾ ਕਰ ਲਿਆ ਹੈ ਅਤੇ ਇਸ ਉਸ ਮੁਲਾਜ਼ਮ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ। ਪੰਜਾਬ ਪੁਲਿਸ ਦਾ ਮੁਲਾਜ਼ਮ ਜੋ ਜਨਤਾ ਦੀ ਹਿਫਾਜ਼ਤ ਕਰਦਾ ਹੈ, ਉਹ ਖੁਦ ਇਹੋ ਜਿਹੇ ਗਲਤ ਕਾਰਨਾਮੇ ਕਰ ਰਿਹਾ ਹੈ। ਇਸ ਮਾਮਲੇ ਬਾਰੇ ਲੜਕੀ ਦੀ ਭਰਜਾਈ ਪਰਮਜੀਤ ਕੌਰ ਨੇ ਦੱਸਿਆ ਕਿ ਉਸਦਾ ਘਰ ਵਾਲਾ ਧੋਖਾ ਦੇ ਕੇ ਚਲਾ ਗਿਆ ਅਤੇ 2 ਸਾਲ ਬੀਤ ਜਾਣ ਬਾਅਦ ਵੀ ਉਸਦੇ ਕੋਲ ਨਹੀਂ ਆਇਆ। ਉਹਨਾਂ ਨੇ ਆਰੋਪ ਲਾਇਆ ਕਿ ਉਸਦੇ ਜਾਣ ਤੋਂ ਬਾਅਦ ਸਾਰੇ ਪਰਿਵਾਰ ਨੇ ਉਸਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ 'ਤੇ ਉਹਨਾਂ ਵੱਲੋਂ ਦਹੇਜ ਦਾ ਪਰਚਾ ਉਸਦੇ ਸਹੁਰੇ ਪਰਿਵਾਰ 'ਤੇ ਕਰਵਾਇਆ ਗਿਆ ਸੀ, ਜਿਸ ਨੂੰ ਲੈ ਕੇ ਉਸਦੇ ਸਹੁਰੇ ਪਰਿਵਾਰ ਨੇ ਬਦਲਾ ਲੈਣ ਲਈ ਇਹ ਸਾਰੀ ਮਨਘੜਤ ਕਹਾਣੀ ਬਣਾ ਕੇ ਉਸਦੇ ਇਕੱਲੇ ਭਰਾ 'ਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ ਹੈ। ਮੇਰਾ ਨਾਮ ਪਰਮਜੀਤ ਕੌਰ ਹੈ। ਕਿੱਥੇ ਜਾ ਰਹੀ ਸੀ ਗੱਡੀ ਤੇ ਕਿਹਦਾ ਨਾਲ ਹੋਈ ਸੀ? ਮੈਂ ਰੋੜਾਂ ਵਾਲੀ ਮੰਡੀ ਹਰੀਮ ਵਾਲੇ ਰਹਿਣ ਵਾਲੀ ਹਾਂ। ਮੇਰੀ ਸ਼ਾਦੀ 21 ਅਕਤੂਬਰ 2016 ਨੂੰ ਹੋਈ ਸੀ। ਮੇਰਾ ਪਤੀ ਸੁਖਵਿੰਦਰ ਸਿੰਘ, ਜੋ ਸੁਰਿੰਦਰ ਸਿੰਘ ਦਾ ਪੁੱਤਰ ਹੈ, ਜੋ ਕਿ ਮੇਘਾ ਰਾਏ ਦਾ ਰਹਿਣ ਵਾਲਾ ਹੈ, ਉਹ ਫੌਜੀ ਹੈ। ਮੇਰਾ ਘਰ ਵਾਲਾ ਮੈਨੂੰ 1 ਮਹੀਨੇ ਰੱਖ ਕੇ ਉਦੋਂ ਬਾਅਦ ਡਿਊਟੀ 'ਤੇ ਚਲਾ ਗਿਆ। ਉਦੋਂ ਬਾਅਦ ਸਾਰਾ ਪਰਿਵਾਰ ਹੀ ਮੈਨੂੰ ਪਰੇਸ਼ਾਨ ਕਰਨ ਲੱਗ ਗਿਆ ਉਹਨਾਂ ਦਾ। ਉਸ ਪਰਿਵਾਰ ਨੇ ਮੈਨੂੰ ਬਹੁਤ ਜਲੀਲ ਕੀਤਾ। ਮੇਰਾ ਘਰ ਵਾਲਾ ਮੈਨੂੰ ਧੋਖਾ ਦੇ ਕੇ ਚਲਾ ਗਿਆ, ਜੋ ਕਿ 2 ਸਾਲ ਹੋ ਚੁੱਕੇ ਨੇ, ਜੋ ਕਿ ਅੱਜ ਤੱਕ ਨਹੀਂ ਮੇਰੇ ਸਾਹਮਣੇ ਆ, ਮੈਨੂੰ ਵਸਾਉਣ ਲਈ ਤਿਆਰ ਨਹੀਂ। ਇਸ ਕਰਕੇ ਅਸੀਂ ਉਹਨਾਂ 'ਤੇ ਦਹੇਜ ਦਾ ਪਰਚਾ ਕਰਾਇਆ। ਉਹਨਾਂ ਨੇ ਬਦਲਾਖੋਰੀ ਦੀ ਨੀਅਤ ਨਾਲ, ਜੋ ਕਿ ਮੇਰਾ ਇੱਕ ਭਰਾ ਹੈ, ਉਹਦੇ 'ਤੇ ਝੂਠਾ ਕੇਸ ਪਾਇਆ ਹੈ। ਮੇਰਾ ਭਰਾ ਪੰਜਾਬ ਪੁਲਿਸ 'ਚ ਲੱਗਿਆ। ਹਾਂ, ਉਹਦੇ ਬਦਲਾਖੋਰੀ ਦੀ ਨੀਅਤ ਨਾਲ ਮੇਰਾ ਸਹੁਰਾ ਪਰਿਵਾਰ ਨੇ ਉਹਦੇ 'ਤੇ ਇੱਕ ਝੂਠਾ ਕੇਸ ਪੁਆਤਾ ਹੈ। ਝੂਠਾ ਕੇਸ ਜੋ ਕਿ ਉਹਨਾਂ ਨੇ ਆਪਣੀ ਕੁੜੀ ਵੱਲੋਂ ਬਣਵਾਇਆ ਹੈ, ਜੋ ਕਿ ਇੱਕ ਝੂਠੀ ਕਹਾਣੀ ਘੜੀ ਗਈ ਮਨ ਘੜਤ। ਉਹ ਮੈਨੂੰ ਉਹ ਇਸ ਕਰਕੇ ਮਤਲਬ ਕਿ ਮੇਰੇ 'ਤੇ ਦਬਾਅ ਪਾਉਣਾ ਚਾਹੁੰਦੇ, ਤਲਾਕ ਲੈਣਾ ਚਾਹੁੰਦੇ ਆ, ਉਹ ਵੀ ਮੇਰਾ ਘਰ ਜਾੜੀ ਕਰ ਰਹੇ ਨੇ। ਮੈਂ ਆਪਣਾ ਘਰ ਬਣਾਉਣ ਨੂੰ ਤਿਆਰ ਹਾਂ, ਪਰ ਉਹ ਮੈਨੂੰ ਵਸਾਉਣ ਨੂੰ ਕਿਸੇ ਪਾਸੇ ਤਿਆਰ। 2 ਸਾਲ ਹੋ ਚੁੱਕੇ ਨੇ, ਮੈਨੂੰ ਕਿਸੇ ਪਾਸੇ ਕੋਈ ਇਨਸਾਫ ਨਹੀਂ ਮਿਲ ਰਿਹਾ। ਮੇਰਾ ਪਤੀ ਵੀ, ਜੋ ਕਿ ਆਰਮੀ ਵਿੱਚ ਵੀ ਧੋਖਾ ਦੇ ਰਿਹਾ, ਇੱਥੇ ਵੀ ਦੇ ਰਿਹਾ, ਉਹ ਗੁੰਮਰਾਹ ਕਰ ਰਿਹਾ ਆਰਮੀ ਨੂੰ ਵੀ। ਕਦੇ ਕਹਿੰਦਾ ਮੇਰਾ ਤਲਾਕ ਦਾ ਕੇਸ ਲੱਗਿਆ, ਕਦੇ ਕੀ ਕਹਿੰਦਾ। ਉੱਥੇ ਵੀ ਮੇਰੇ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਣ ਦੇ ਰਿਹਾ, ਨਾ ਇੱਥੇ ਹੋਣ ਦੇ ਰਿਹਾ। ਜੋ ਕਿ ਮੈਂ ਘਰ ਬਣਾਉਣਾ ਚਾਹੁੰਦੀ ਹਾਂ, ਮੇਰਾ ਸਹੁਰਾ ਸੁਰਿੰਦਰ ਸਿੰਘ, ਮੇਰੀ ਸੱਸ, ਮੇਰੀ ਨਨਾਣ, 2 ਮੇਰੇ ਦੇਵਰ, ਜੋ ਕਿ ਮੇਰਾ ਘਰ ਨਹੀਂ ਬਣਨ ਦਿੰਦੇ, ਉਹ ਹੀ ਮੇਰਾ ਘਰ। ਕੀ ਉਮੀਦ ਕਰਦੇ ਹੋ ਪ੍ਰਸ਼ਾਸਨ ਤੋਂ? ਕੀ ਉਮੀਦ ਕਰਦੇ? ਮੈਂ ਸਰਕਾਰ ਤੋਂ ਇਹ ਉਮੀਦ ਚਾਹੁੰਦੀ ਹਾਂ ਕਿ ਮੇਰੇ ਪਰਿਵਾਰ ਨੂੰ, ਜੋ ਕਿ ਝੂਠੇ ਕੇਸ ਵਿਛਾਇਆ ਗਿਆ, ਪਰਚਾ ਖਾਰਜ ਹੋ ਰਿਹਾ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।